जॉस फिल्म्स प्रेजेंट कर देने स्कूल टीचर पार्ट 7। इस तो पिछले पार्ट विच आपां वेख्या सी कि किवें सीरत दे डैडी ने सीरत नूं इक एनआरआई मुंडे नाल व्याह करवाउण लई कहा ते अग्गो सीरत ने भी हां कर दित्ती। जस दे हत्थ उत्ते चाकू वजदा है ते उस नूं अपनी घरवाली जीती दी याद आउंदी है। जस सीरत लई सूट अते चूड़ियां लैके आउंदा है पर जब जस नूं पता लगदा है कि सीरत उसनूं धोखा दे रही है तां उसदा दिल चूर चूर हो जांदा है। जस दिन रात शराब नाल डक्या रहिंदा सी। एक दिन जीती उस राह ते जा रही सी जिथे जस डिग्गिया पिया सी ते जीती उसनूं घर लैके जांदी है। जस अपनी गलती की माफी मंगदा है। आओ हुण अगे वेखदे हां। की कर रहा है मेरा पुत्ता? कुछ नहीं डैडी, बस नेल पेंट ला रही सी। और बढ़िया पुत्ता? हाँ जी बढ़िया, तुसी दसो। पुत्ता मैं ना तेरे नाल गल करनी सी। हाँ जी डैडी दसो की गल करनी है। हाँ जी रुको एक मिनट लई, असि तुहाड़ी जानकारी लई दस दिए कि ए सीरत है, सानू किसे कारण अदाकार बदलनी पई। आई होप तुसी जिन्ना पिछले अदाकार नू पसंद कीता सी इन्हां नू भी करोगे। धन्यवाद। ਪੁੱਤ ਤੂੰ ਇਹ ਰਿਸ਼ਤੇ ਤੋਂ ਖੁਸ਼ ਤਾਂ ਹੈਗੀ ਨਾ, ਕਿਤੇ ਸਾਡੇ ਦਰਵਾਜ਼ੇ ਥੱਲੇ ਆ ਕੇ ਤਾਂ ਨਹੀਂ ਹਾਂ ਕੀਤੀ ਤੂੰ? ਇਹ ਕਿਹੋ ਜਿਹੀ ਗੱਲਾਂ ਕਰ ਰਹੇ ਹੋ ਡੈਡੀ ਤੁਸੀਂ? ਮੈਂ ਇਸ ਰਿਸ਼ਤੇ ਤੋਂ ਬਹੁਤ ਖੁਸ਼ ਹਾਂ, ਨਾਲੇ ਹੋਵਾਂ ਕਿਉਂ ਨਾ ਖੁਸ਼, ਇੰਨਾ ਵਧੀਆ ਰਿਸ਼ਤਾ ਜੋ ਲੱਭਿਆ ਤੁਸੀਂ। ਸੱਚੀ ਪੁੱਤਾ? ਹਾਂਜੀ ਡੈਡੀ ਜੀ। ਤੇ ਹਾਂ ਸੱਚ, ਮੈਂ ਵੀ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ। ਕੀ ਗੱਲ ਪੁੱਤਾ? ਉਹ ਨਾ ਕੱਲ੍ਹ ਰੋਕੀ ਦਾ ਫੋਨ ਆਇਆ ਸੀ ਮੇਰੇ ਕੋਲ। ਅੱਛਾ। ਹਾਂਜੀ ਡੈਡੀ ਜੀ, ਉਹ ਕਹਿ ਰਹੇ ਸੀ ਵੀ ਜਿੱਦਣ ਉਹ ਮੈਨੂੰ ਵੇਖਣ ਆਏ ਸੀ ਉਦੋਂ ਕੋਈ ਜ਼ਰੂਰੀ ਗੱਲ ਨਹੀਂ ਹੋਈ ਹੈਗੀ। ਉਹ ਕਹਿੰਦੇ ਵਿਆਹ ਤੋਂ ਪਹਿਲਾਂ ਆਪਾਂ ਗੱਲਬਾਤ ਕਰ ਲਈਏ, ਇਹ ਆਪਣੇ ਲਈ ਬਹੁਤ ਜ਼ਰੂਰੀ ਆ। ਉਹ ਮੈਨੂੰ ਅਮੈਰੀਕਨ ਹਿਲਸ ਮਿਲਣ ਨੂੰ ਕਹਿੰਦੇ ਸੀ। ਵੇਖੋ ਡੈਡੀ, ਉਹ ਫੋਰਨ ਕੰਟਰੀ ਰਹਿੰਦੇ ਨੇ ਅਤੇ ਥੋੜ੍ਹੇ ਮਾਡਰਨ ਖਿਆਲਾਂ ਦੇ ਨੇ। ਆਈ ਹੋਪ ਯੂ ਅੰਡਰਸਟੈਂਡ। ਜੇਕਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤਾਂ ਅਸੀਂ ਮਿਲ ਸਕਦੇ ਹਾਂ। ਲੈ ਦੱਸ ਹੈ ਕੰਮ ਲਈ, ਮੈਨੂੰ ਕੀ ਪ੍ਰੋਬਲਮ ਭਲਾ? ਨਾਲੇ ਵੈਸੇ ਵੀ ਜ਼ਿੰਦਗੀ ਤਾਂ ਤੁਸੀਂ ਨੇ ਕੱਟਣੀ ਨਾ ਦੋਨਾਂ ਨੇ, ਫਿਰ ਫੈਸਲੇ ਵੀ ਤੁਹਾਡੇ ਹੋਣੇ ਚਾਹੀਦੇ ਨੇ। ਇਹਦਾ ਮਤਲਬ ਮੈਂ ਉਹਨੂੰ ਮਿਲਣ ਜਾਵਾਂ ਡੈਡੀ? ਹਾਂ ਪੁੱਤਾ ਜ਼ਰੂਰ ਜਾਓ। ਥੈਂਕ ਯੂ ਸੋ ਮਚ ਡੈਡੀ। ਫਿਰ ਤੁਸੀਂ ਐਂ ਕਰੋ, ਮੈਨੂੰ ਨਾ 5,000 ਰੁਪਏ ਦੇ ਦਿਓ, ਮੈਂ ਬਿਊਟੀ ਪਾਰਲਰ ਜਾ ਕੇ ਆਉਣਾ। ਉਹ ਪੁੱਤੇ ਸਵਾਰ ਤਾਂ ਮੇਰੀ ਸਾਰੀ ਤਨਖਾਹ ਲੱਗ ਗਈ, ਮੇਰੇ ਕੋਲ ਕੁਛ ਨਹੀਂ ਬਚਿਆ ਤੈਨੂੰ ਦੇਣ ਨੂੰ। ਨਾਲੇ ਤੂੰ ਇੰਨੀ ਤਾਂ ਸੋਹਣੀ ਆ, ਤੈਨੂੰ ਪਾਰਲਰ ਜਾਣ ਦੀ ਕੀ ਲੋੜ ਆ ਭਲਾ? ਉਹ ਰਹਿਣ ਦਿਓ ਡੈਡੀ, ਮੇਰੀ ਵਾਰੀ ਤੁਸੀਂ ਕੰਜੂਸੀ ਕਰਦੇ ਹੋ ਅਤੇ ਜਦੋਂ ਮੰਮੀ ਤੁਹਾਡੇ ਤੋਂ ਪੈਸੇ ਮੰਗਦੇ ਨੇ ਉਦੋਂ ਤਾਂ ਤੁਸੀਂ ਬੜੀ ਜਲਦੀ ਦੇ ਦਿੰਦੇ ਹੋ ਪੈਸੇ। ਉਹ ਮੈਂ ਤਾਂ ਮਜ਼ਾਕ ਕਰਦਾ ਸੀ ਪੁੱਤਾ, ਨਾਲੇ ਤੈਨੂੰ ਕਦੇ ਜਵਾਬ ਦਿੱਤਾ ਪੈਸਿਆਂ ਨੂੰ? ਐਂ ਕਰ, ਨਵਾਰੀ 'ਚ ਪੈ ਨੇ ਪੈਸੇ, ਉੱਥੋਂ ਲੈ ਜੀ ਕੱਢ ਕੇ ਜਿੰਨੇ ਚਾਹੀਦੇ ਨੇ। ਠੀਕ ਹੈ ਪਾਪਾ, ਥੈਂਕ ਯੂ। ਫਾਈਨਲੀ ਹੋ ਗਈ ਰੈਡੀ ਮੈਂ। ਇਸ ਡਰੈਸ 'ਚ ਮੈਂ ਠੀਕ ਤਾਂ ਲੱਗ ਰਹੀ ਹਾਂ ਕਿ ਕੋਈ ਹੋਰ ਚੇਂਜ ਕਰਾਂ? ਸਮਝ ਨਹੀਂ ਆ ਰਿਹਾ, ਇੱਕ ਤਾਂ ਫਸਟ ਟਾਈਮ ਆ, ਪਤਾ ਨਹੀਂ ਬਹੁਤ ਨਰਵਸ ਫੀਲ ਕਰ ਰਹੀ ਹਾਂ। ਇੱਕ ਤਾਂ ਘਰੇ ਵੀ ਨਹੀਂ ਕੋਈ ਹੈਗਾ, ਨਹੀਂ ਤਾਂ ਉਸ ਤੋਂ ਹੀ ਪੁੱਛ ਲੈਂਦੀ ਘਰ 'ਚ ਕਿਸੇ ਨੂੰ। ਐਂ ਕਰਦੀ ਹਾਂ, ਰਾਣੋ ਨੂੰ ਪੁੱਛਦੀ ਹਾਂ, ਉਹੀ ਕੁਛ ਦੱਸੂਗੀ ਕਿ ਠੀਕ ਤਾਂ ਲੱਗ ਰਹੀ ਹਾਂ। ਆ ਪਿਆ ਫੋਨ। ਆ ਰਿੰਗਟੋਨ ਤਾਂ ਮੈਨੂੰ ਜਸ ਦੇ ਫੋਨ ਦੀ ਲੱਗਦੀ ਆ। ਓ ਮਾਈ ਗੋਡ, ਮੈਂ ਰੋਣੋ ਦੀ ਥਾਂ 'ਤੇ ਜਸ ਨੂੰ ਫੋਨ ਕਰਤਾ। ਮੇਰਾ ਵੀ ਨਾ ਜਮਾਂ ਸਰੇ ਹੀ ਪਿਆ, ਇੰਨੀ ਨਰਵਸ ਫੀਲ ਕਰੀ ਜਾਂਦੀ ਹਾਂ, ਮੈਂ ਵੀ ਜਮਾਂ ਹੀ ਪਾਗਲ ਹਾਂ, ਪਤਾ ਨਹੀਂ ਉਹਨੂੰ ਫੇਸ ਕਿਵੇਂ ਕਰਾਂਗੀ ਮੈਂ। ਰੋਕੀ ਦਾ ਫੋਨ। ਹੈਲੋ ਰੋਕੀ। ਹਾਂਜੀ, ਹੋ ਗਏ ਰੈਡੀ ਤੁਸੀਂ ਜਾਂ ਟਾਈਮ ਲੱਗੂ ਹਲੇ? ਨਹੀਂ ਨਹੀਂ, ਮੈਂ ਤਾਂ ਤਿਆਰੀ ਹਾਂ। ਓਕੇ ਜੀ, ਤੁਸੀਂ ਐਵੇਂ ਕਰੋ, ਬਾਹਰ ਗੇਟ 'ਤੇ ਆਓ, ਮੈਂ ਆ ਗਿਆ 5 ਮਿੰਟ 'ਚ। ਓਕੇ ਜੀ, ਠੀਕ ਆ। ਹੈਂ ਆ ਕੀ ਸੀਰਤ ਦੀ ਮਿਸ ਕਾਲ, ਇਹ ਕਿਵੇਂ ਲਾ ਲਿਆ ਯਾਰ? ਕਮਾਲ ਦੀ ਗੱਲ ਹੋ ਗਈ। ਅੱਜ ਫੇਰ ਤੁਸੀਂ ਤੌਲੀਏ ਬੈਡ ਤੇ ਗਿਰਤਾ, ਇਹਨੂੰ ਚੱਕਦਿਆ ਕਰੋ, ਗਿੱਲਾ ਟਾਵਲ ਨਾਲ ਸਿੱਟਿਆ ਕਰੋ ਬੈਡ ਤੇ।
जैसे की होया थोनू? ओया फोन आया सी। की दा? सीरत दा। सीरत दा? ना उन्हें फोन क्यों लाया थोनू? ओले, ओ मैनू की पता यार, मैं तो आप हूँ ना के निकलांगा। जब उरे आया फोन चक के देखिया, फिर पता लग गया भी मिस कॉल आ रही है। पता नहीं फोन लाया थी, पता नहीं मिस कॉल आई है। तुसी यहाँ करो, फोन लाओ उन्हें, पता चले क्यों फोन करे उन्हें? ओ रहन दे यार, मसा था तो खेड़ा छुटेगा, हुण दोबारे फोन कद तो लाउणा उन्हें? मैनू नहीं पता, थोनू मैं कहा ना फोन लगाओ तो फोन लगाओ, पता तो चलियो कहना की चाहती है हुण? ओ रहन दे बाबा, मसा वो चढ़ाया तो खेड़ा छुटिया मेरा, हुण मैं दोबारा आप उन्हें अपनी लाइफ च नहीं लियाउणा हैगा। आहो पहले तो चन्न वर्गी लगती सी, हुण चुड़ैल कहने हो? ओए मेरी गल सुन, चन्न तां गवा लिया सीगा उहदे चक्करां जाके मैं हुण मसा लभ्यागा, हुण यार उन्हें अपनी लाइफ च क्यों बाड़ना दोबारे? जे तुसी मैनू प्यार करदे हो ना, मेरी गल मानदे हो तां फोन करो, मैनू नहीं पता। ओ यार ये कहे जी जिद्दा, प्यार तो तेनू पता मैं तेनू किन्ना कर दांगा, बस आ जी करनी जरूरी आ? हाँ जरूरी है, जिद्दा तो जिद्दा, उन्हें फोन क्यों कर लिया मैं तो यह दसो, तुसी फोन मिलाओ पुछो उन्हें की कहती है। चल तो कोई ना ठंडी रह, मैं लाउना उन्हें फोन देखना, ठीक है तेरे करके ला रहा सिर्फ, लाउना खड़ जा उन्हें फोन। यार करना सी कि तो मेरे तो मिस कॉल बज के स्यापा तो नहीं खड़ा हो गया, काम कर दिया तो कट ही रही की गल सीर था, कट के दिता कर ले गल, वो कुछ नहीं एवें लोग तंग करते ने, कटता फोन उन्हें, कटता फोन? हाँ तुसी दोबारा लाओ। ओ छड परा यार की करना दोबारे फोन लाके, कटता उन्हें नहीं गल करनी होनी अपने नाल, जे थत तो फोन नहीं लगता ना मेनू दे दो मैं ला दनी हां। ओ यार की करेंगी फोन लाके, एमी तू दे ना लड़ पेंगी। अच्छा हुन वाली फिकर हो रही है ओदी वी, हां मैं ओना क्यों लड़ू? ओए फिकर ओदी नहीं, फिकर तेरी हो रही आ, एमी तेनू ओ बोलूगी फिर तेनू गुस्सा आ जाऊगा, मैं नहीं सुन सकदा तेरे बारे ओतों। अच्छा ओ किवें बोल पूगी मेनू, तुसी इधर दो फोन मैं आप ही कर लूंगा गल। ओ यार की आ तू रहण दे, ओ ना ला फोन, तुसी चुप कर जाओ, हुन तो मैं दसनी आ, दस हले भी ना फोन कर करके थोनू परेशान कर दे, डोरे डाल लो हले भी नहीं हट रही है वो, ला ला तो मैं कुत नी घुमाऊ। चक लो फोन। नहीं बस ओ कर लो गल, कई बार कोई जरूरी हुंदा है, मेनू कोई प्रॉब्लम नहीं। ओ नहीं नहीं ये तो मेरी फ्रेंड दा कॉल सी, ਉਹਨੂੰ ਪਤਾ ਵੀ ਮੈਂ ਤੁਹਾਡੇ ਨਾਲ ਆ ਤਾਂ ਮੈਨੂੰ ਜਾਣ ਬੁੱਝ ਕੇ ਤੰਗ ਕਰ ਰਹੀ ਆ, ਹੋਰ ਕੋਈ ਗੱਲ ਨਹੀਂ। ਅੱਛਾ ਕਿਉਂ? ਬਸ ਉਹ ਐਵੇਂ ਦੀ ਆ, ਬਿਨਾਂ ਗੱਲੋਂ ਫੋਨ ਕਰਕੇ ਤੰਗ ਕਰਦੀ ਆ ਉਹ, ਨਾਲੇ ਅੱਜ ਤਾਂ ਮੈਂ ਦੱਸ ਬੈਠੀ ਉਹਨੂੰ ਕਿ ਮੈਂ ਤੁਹਾਡੇ ਨਾਲ ਜਾਣਾ, ਅੱਜ ਤਾਂ ਜ਼ਿਆਦਾ ਤੰਗ ਕਰੂਗੀ ਮੈਨੂੰ। ਅੱਛਾ ਜੇ ਇਹ ਗੱਲ ਆ ਤਾਂ ਫਿਰ ਮੇਰੀ ਕਰਵਾ ਦਿਓ ਗੱਲ ਉਹਦੇ ਨਾਲ। ਮੈਂ ਤਾਂ ਕਹਿੰਦੀ ਹਾਂ ਰਹਿਣ ਹੀ ਦਿਓ ਤੁਸੀਂ, ਫਿਰ ਕਦੇ ਗੱਲ ਕਰ ਲਿਓ ਉਹਦੇ ਨਾਲ, ਜੇਕਰ ਉਹ ਲੱਗ ਜੇ ਨਾ ਇੱਕ ਵਾਰੀ ਫੋਨ 'ਤੇ ਛੇ ਛੇਤੀ ਫੋਨ ਨਹੀਂ ਕੱਟ ਕਰਦੀ ਹੈਗੀ, ਨਾਲੇ ਤੁਸੀਂ ਆਪਣੀ ਡਰਾਈਵ ਵੱਲ ਧਿਆਨ ਦੇ ਲਓ, ਅੱਗੇ ਪੁਲਿਸ ਨਾਕਾ ਵੀ ਹੁੰਦਾ, ਕਿਤੇ ਚਲਾਨ ਹੀ ਨਾ ਹੋ ਜੇ ਤੁਹਾਡਾ। ਇਹ ਗੱਲ ਤਾਂ ਸਹੀ ਹੈ, ਚੱਲ ਯਾਰ ਮੈਨੂੰ ਪਿਆਸ ਲੱਗ ਰਹੀ ਹੈਗੀ ਅਤੇ ਆਹ ਦੁਕਾਨ ਆ ਗਈ, ਮੈਂ ਪਾਣੀ ਦੀ ਬੋਤਲ ਲਿਆ ਵਾਂ ਉਰੋਂ, ਠੀਕ ਹੈ? ਠੀਕ ਅਤੇ ਤੂੰ 5 ਮਿੰਟ ਬੈਠ। ਠੀਕ ਹੈ ਓਕੇ ਓਕੇ। जस भी ना वार वार फोन लाई जांदा, मेनू लगदा इन्हें ऐ नहीं हटना, लगदा इन्हू 5-7 गालां देनियां पैणगियां मेनू। हां की बीमारी है तेनू, तेनू पता नहीं लगदा जदों मैं तेरा फोन कट रही हां, मैं नहीं गल करनी तेरे नाल, क्यों तंग करी जाना मेनू? ओ हैलो मैडम, सोच समझ के बोल, नाले वादू घट्टू बोलन दी लोड़ नहीं हैगी, पहला तू लाया सी फोन। तू? हाँ मैं, क्यों इन्ना हैरान होने वाली की गल्ल है? तू आ गई वापस? मैं तो आना ही सी, मैं तेरे वांग धोखेबाज नहीं हैगी। ओ हैलो जुबान साम की गल कर, मेरे नाल किते वड्डा धोखेबाज था तेरा घर आला, ऐसे भी मेरे तो गलती नाल कॉल लग गई सी, मैं अपने दोस्त नूं कॉल कर रही सी, गलती नाल जस्ता नंबर डायल हो गया।
क्यों जस का नंबर डिलीट नहीं किया तू हले तक कितने जस की जिंदगी दोबारा आने का इरादा तो नहीं तेरा ओह इहदी जिंदगी मुड़ के आँदी है मेरी जुत्ती नाले मैं एड्डी वेली नहीं हाँ थोड़े वर्गे फालतू लोगों नाल गल करा हुण फोन भी करता छेती मैनू कहिंदी गलती नाल लग गया सी जान दिया मैं उहदे सारे लक्षण नाले थोतों इहदा नंबर ब्लॉक लिस्ट नहीं पाया गया ओ मैनू कहड़ा जा सीगा यार भी इह फोन लाऊगी मैं तां भुल्लिया बैठा सीगा मैं सोचा चल आई लंघ जूगा मैनू की पता सीगा हुण भी दुबारे फोन ला लूगी अच्छा जे थोतों नहीं पाया ना ब्लॉक लिस्ट नंबर मैं पा दिंदी हाँ पा दे मैं कहड़ा हुण उहदे नाल गल करनी आ तूं कर दे ब्लॉक ले पानी तुसी हाँ जी पीना तुसी नहीं नहीं तुसी पियो फिर गर्मी बहुत हुई पी है वो गर्मी तो हो रही है एक तो तुसी ठंडे इलाके चो आए हो तुहानु तो ज्यादा गर्मी लगती हो वो फिर की होया जे 5 साल उत्थे लाया गया तो इत्थों ही आ ना नाले मैनू मेरे मुल्क नाल बहुत प्यार है इसलिए मैं ब्याह इत्थे करवा रहा अच्छा जी हाँ जी हुण चलिए आपां हाँ जी चलो ਤੁਸੀਂ ਕੁਝ ਬੋਲਦੇ ਹੀ ਨਹੀਂ ਮਤਲਬ ਜਦੋਂ ਦੇ ਆਪਾਂ ਆਏ ਤੁਸੀਂ ਚੁੱਪ ਕਰੀ ਬੈਠੇ ਹੋ ਕੁਛ ਤਾਂ ਬੋਲੋ ਉਹ ਮੈਂ ਕੀ ਬੋਲਾਂ ਤੁਸੀਂ ਬੋਲੋ ਕੁਛ ਅੱਛਾ ਇੱਕ ਗੱਲ ਦੱਸੋ ਮੈਂ ਤੁਹਾਨੂੰ ਪਸੰਦ ਤਾਂ ਹੈਗਾ ਨਾ ਉਹ ਜੇ ਪਸੰਦ ਹੋ ਤਾਂ ਹੀ ਤਾਂ ਤੁਹਾਡੇ ਨਾਲ ਉਰੇ ਬੈਠੀ ਹਾਂ ਮੈਂ ਅੱਛਾ ਜੇ ਨਾ ਪਸੰਦ ਹੁੰਦਾ ਫਿਰ ਉੱਠ ਕੇ ਭੱਜ ਜਾਂਦੇ ਇੱਥੋਂ ਤੁਸੀਂ ਵੀ ਨਾ ਬਹੁਤ ਫਨੀ ਹੋ ਅੱਛਾ ਇੱਕ ਗੱਲ ਦੱਸੋ ਵੈਸੇ ਕੈਨੇਡਾ 'ਚ ਤਾਂ ਬਹੁਤ ਸੋਹਣੀ ਸੋਹਣੀ ਕੁੜੀਆਂ ਹੋਣਗੀਆਂ ਉੱਥੇ ਨਹੀਂ ਪਸੰਦ ਆਈ ਤੁਹਾਨੂੰ ਕੋਈ ਕੁੜੀ ਹਾਂ ਕੁੜੀਆਂ ਤਾਂ ਬਹੁਤ ਸੋਹਣੀਆਂ ਨੇ ਪਰ ਕਿਸੇ ਨਾਲ ਦਿਲੇ ਨਹੀਂ ਲੱਗਿਆ ਉਹ ਕਿਉਂ ਕਿਉਂਕਿ ਸੰਜੋਗ ਵੀ ਤੁਹਾਡੇ ਨਾਲ ਲਿਖੀ ਸੀ ਜਨਾਬ ਅੱਛਾ ਜੀ ਵੈਸੇ ਇੱਕ ਗੱਲ ਪੁੱਛਾਂ ਗੁੱਸਾ ਤਾਂ ਨਹੀਂ ਕਰਦੇ ਲੈ ਗੁੱਸਾ ਕਿਉਂ ਕਰਨਾ ਆਪਾਂ ਗੱਲ ਕਰਨ ਲਈ ਇਕੱਠੇ ਹੋਏ ਹਾਂ ਪੁੱਛੋ ਤੁਹਾਡੀ ਜ਼ਿੰਦਗੀ 'ਚ ਮੇਰੇ ਤੋਂ ਇਲਾਵਾ ਕੋਈ ਹੈਗਾ ਜਾਂ ਸੀ ਮੇਰਾ ਮਤਲਬ BF ਉਹ ਨਹੀਂ BF ਤਾਂ ਕਿੱਥੇ ਮੇਰਾ ਤਾਂ ਕੋਈ ਮੁੰਡਾ ਵੀ ਦੋਸਤ ਨਹੀਂ ਆ ਹਾਂ ਪ੍ਰਪੋਜ਼ ਤਾਂ ਕਈਆਂ ਦੇ ਆਏ ਸੀ ਪਰ ਮੈਂ ਕਦੇ ਐਕਸੈਪਟ ਨਹੀਂ ਕਰਿਆ ਕਿਉਂ ਐਕਸੈਪਟ ਕਿਉਂ ਨਹੀਂ ਕੀਤਾ ਫਿਰ ਤੁਸੀਂ ਕੋਈ ਪਸੰਦ ਹੀ ਨਹੀਂ ਆਇਆ ਜਿੱਦਾਂ ਦਾ ਮੈਂ ਮੁੰਡਾ ਲੱਭਦੀ ਸੀ ਉੱਦਾਂ ਦਾ ਮੈਨੂੰ ਮਿਲਿਆ ਹੀ ਨਹੀਂ ਅੱਛਾ ਕਿੱਦਾਂ ਦਾ ਚਾਹੀਦਾ ਤੁਹਾਨੂੰ ਮੁੰਡਾ ਤੁਹਾਡੇ ਵਰਗਾ ਸੀਤਾ ਆਈ ਓਕੇ ਆਲੋ ਪਾਣੀ ਪੀਓ ਤੁਸੀਂ ਹੁਣ ਠੀਕ ਫੀਲ ਕਰ ਰਹੇ ਹੋ ਕੀ ਹੋਇਆ ਲੱਗਦਾ ਤੁਹਾਡੀ ਤਬੀਅਤ ਠੀਕ ਨਹੀਂ ਹੈਗੀ ਆਪਾਂ ਐਵੇਂ ਕਰਦੇ ਹਾਂ ਡਾਕਟਰ ਨੂੰ ਦਿਖਾ ਲੈਂਦੇ ਹਾਂ ਨਹੀਂ ਮੈਂ ਠੀਕ ਹਾਂ ਡਾਕਟਰ ਕੋਲ ਜਾਣ ਦੀ ਕੋਈ ਲੋੜ ਨਹੀਂ ਆ ਕਿੱਥੇ ਠੀਕ ਹੋ ਤੁਸੀਂ ਤੁਹਾਨੂੰ ਦੇਖ ਕੇ ਸਾਫ ਪਤਾ ਲੱਗ ਰਿਹਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਚਲੋ ਆਪਾਂ ਡਾਕਟਰ ਕੋਲ ਚੱਲਦੇ ਹਾਂ ਨਹੀਂ ਉਹ ਡਰਦੇ ਕਿਉਂ ਇੰਜੈਕਸ਼ਨ ਨਹੀਂ ਲਵਾਉਂਦੇ ਤੁਹਾਡੇ ਆਪਾਂ ਗੋਲੀਆਂ ਲੈ ਆਵਾਂਗੇ ਚਲੋ ਚੱਲੀਏ ਪਰ ਕੁਛ ਨਹੀਂ ਤੁਸੀਂ ਚਲੋ ਚੱਲੀਏ ਹਾਂਜੀ ਦੱਸੋ ਕੀ ਪ੍ਰੋਬਲਮ ਹੈ ਡਾਕਟਰ ਉਹ ਮੈਨੂੰ ਸਵੇਰ ਦੇ ਨਾ ਉਹ ਵੋਮਿਟਿੰਗਸ ਆ ਰਹੀਆਂ ਨੇ ਦੈਨ ਮੈਨੂੰ ਘਬਰਾਹਟ ਵੀ ਬਹੁਤ ਹੋ ਰਹੀ ਹੈ ਅਤੇ ਚੱਕਰ ਆ ਰਹੇ ਨੇ ਓਕੇ 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 ਸੀਤ ਨਾਓ ਟੈਲ ਮੀ ਆਰ ਯੂ ਮਿਸ ਯੂਅਰ ਪੀਰੀਅਡਸ ਯੈਸ ਡਾਕਟਰ ਓਕੇ ਚਲੋ ਆਪਾਂ ਅੰਦਰ ਚੱਲਦੇ ਹਾਂ ਕੁਛ ਟੈਸਟ ਕਰਦੇ ਹਾਂ ਹੋ ਲੈ ਉਹ ਕੀ ਹੋ ਗਿਆ ਤੈਨੂੰ ਸਵੇਰੇ ਸਵੇਰੇ ਰੋਈ ਜਾਂਦੀ ਹੈ ਉਹ ਰੋ ਨਹੀਂ ਰਹੀ ਪਿਆਜ਼ ਕੱਟ ਰਹੀ ਹਾਂ ਬਸ ਉਹ ਫਿਰ ਇੰਨਾ ਕਿਹੜਾ ਜ਼ਰੂਰੀ ਆ ਪਿਆਜ਼ ਕੱਟਣੇ ਤੂੰ ਛੱਡ ਪਰਾਂ ਤੇਰੇ ਤਾਂ ਇੰਨੇ ਹੰਝੂ ਵਹੀ ਜਾਂਦੇ ਨੇ ਅੱਖਾਂ 'ਚੋਂ ਨਾ ਜੇ ਪਿਆਜ਼ ਨਹੀਂ ਕੱਟੂੰਗੀ ਤਾਂ ਸਬਜ਼ੀ ਕਾਹਦੀ ਬਣਾਉਂਗੀ ਉਹ ਕੀ ਲੋੜ ਆਪਾਂ ਨੂੰ ਸਬਜ਼ੀ ਬਣਾਉਣ ਦੀ ਕੋਈ ਨਾ ਨਹੀਂ ਬਣਾਵਾਂਗੇ ਅੱਛਾ ਜੀ ਤਾਂ ਰੋਟੀ ਕਾਹਦੇ ਨਾਲ ਖਾਓਗੇ ਅਚਾਰ ਨਾਲ ਖਾ ਲਾਂਗੇ ਰੋਟੀ ਪਰ ਮੈਂ ਤੇਰੀਆਂ ਅੱਖਾਂ 'ਚ ਨਾ ਹੰਝੂ ਨਹੀਂ ਦੇਖ ਸਕਦਾ ਅੱਛਾ ਬਹੁਤੀਆਂ ਗੱਲਾਂ ਨਾ ਮਾਰੋ ਓਏ ਨਹੀਂ ਤੂੰ ਛੱਡ ਪਰਾਂ ਯਾਰ ਉਈ ਅੱਖਾਂ ਦੇਖ ਤੇਰੀਆਂ ਕਿਵੇਂ ਲਾਲ ਹੋਈਆਂ ਪਈਆਂ ਨੇਗੀਆਂ ਗੰਢੇ ਜੀਰਨ ਬਹਿ ਗਈ ਇੰਨੇ ਕੌੜੇ ਨੇ ਗੰਢੇ ਯਾਰ ਆਹ ਕੀ ਕਰੀ ਜਾਂਦੇ ਹੋ ਹੱਦ ਹੈ ਤੁਹਾਡੀ ਵੀ ਕੋਈ ਨਾ ਮੈਂ ਚੀਰ ਦੂੰਗਾ ਪਰ ਮੈਂ ਤੈਨੂੰ ਨਾ ਤਕਲੀਫ 'ਚ ਨਹੀਂ ਦੇਖ ਸਕਦਾ ਦੱਸੇ ਵੀ ਕੋਈ ਤਕਲੀਫ ਆ ਇਹ ਜੇ ਤਕਲੀਫ ਆ ਤਾਂ ਨਾ ਮੈਂ ਵਾਧੂ ਚੱਲ ਨੂੰ ਬਸ ਮੇਰੇ ਅੱਖਾਂ ਦੇ ਹੰਝੂਆਂ ਦਾ ਕਾਰਨ ਤੁਸੀਂ ਨਾ ਬਣਿਓ ਕਦੇ ਉਹ ਲੈ ਕਮਲੀਏ ਇਹ ਵੀ ਕੋਈ ਕਹਿਣ ਵਾਲੀ ਗੱਲ ਆ ਪਿਛਲੀਆਂ ਗਲਤੀਆਂ ਤਾਂ ਮੈਨੂੰ ਪਤਾ ਨਹੀਂ ਪਰ ਅੱਗੇ ਵਾਸਤੇ ਮੈਂ ਤੇਰੇ ਨਾਲ ਵਾਅਦਾ ਕਰ ਦਾਂਗਾ ਵੀ ਕਦੇ ਵੀ ਤੇਰੀ ਅੱਖ 'ਚ ਅੰਝੂ ਨਹੀਂ ਆਉਣ ਦਿੰਦਾ ਹੈਗਾ ਪੱਕਾ ਪੱਕਾ
डॉक्टर की है रिपोर्ट च सेहत घबराने वाली कोई गल नहीं हैगी सगो खुशी वाली गल है तुसी प्रेगनेंट हो व्हाट रोकी मेरी गल तो सुनो रोकी प्लीज मेरी गल तो सुनो की सुना होना सुनने नु रह की गया जो रिपोर्ट तो सुन के आया कट है हो रोकी सॉरी मैं तुनु सब कुछ दसना चाहंदी सी ओ जे दसना चाहंदी सी फिर दस्या क्यों नहीं तेरे वर्गी धोखे वास्ते झूठी कुड़ी मैं अज तक नहीं देखी और तू तो पूरा प्लान बना रखिया सी मैनू धोखा देण दा ओ तां शुक्र है वाहेगुरु दा जो तेरियां करतूतां दा मैनू टाइम ते पता लग गया रोकी प्लीज एवें ना करो मैं मानती हाँ मेरी गलती आ पर गलतियां तो सब तो हो जांदियां ने तेरे ही गल अज वाक दी आपां अबॉर्शन करा लांगे ओ तू माड़ी मोटी तां शर्म कर की हो गया पुत्ता रौला क्या पा रखा आ थोड़ी लाडली धी नूं पुछ लो अंकल जी की होया पुत्त सीरता ओ डैडी ओ बोल होना हुण क्यों बोलती बंद हो गई तेरी ओ की होया कोई मैनू नहीं दस दे मेरी भी सांस कोई गल आ जे इक दिन आ गया थानू मिलिया नूं तुसीं तां हुण ही लड़न लग गए ब्याह तो बाद तुहाडा की बनूगा ब्याह केड़ा ब्याह मैं कोई ब्याह नहीं करांदा मेरा इस रिश्ते तो जवाब है सामू आपदी कुड़ी नूं जवाब ओ ऐ किवें जवाब आ इहो जिहा की हो गया मैनू तां दस दो गुस्सा सुनो फिर तुहाडी धी किसे दे बच्चे दी मां बनन वाली है तुसीं तां कहिंदे सी वी साडी धी साडे तों बाहर नहीं इह वी तुहाडी मर्जी नाल होया फिर ओ तेरी हिम्मत किवें होई मेरी धी नूं इन्ना गंदा बोलण दी मेरे नाल उच्ची आवाज़ च गल करन दी लोड़ नहीं जे मेरे ते नहीं यकीन तां रिपोर्ट देख लो सीरत इह की है साहब तैनूं इहो जिहा कम्म करन तों पहलां मेरा ख्याल नहीं आया ओ की कमी रह गई साडे प्यार च ओ सब कुछ दिता तेनू चंगा पढ़ाया लिखाया तेनू तेरे पैरां ते खड़ा किया ओ कदे किसे गल तो रोकिया टोकिया नहीं ते तू ओ आ फेर तू कदे साडी गल दा एडी मेरी गल सुनो ओ बस सुन जो कहदा तू कुछ छड्डे ही नहीं हैगा अज पहली बार जिंदगी च ना तेरे करके मेरा सिर झुकया ओ मैं तेनू हजार बार पुछया भी पुत जेकर तेरी जिंदगी च कोई है तो मैनू दस दे चाहे वह कह हुंदा मैं तेरा उहदे नाल ब्याह कराता मैनू कोई दुख नहीं थी तुहानू तो कोई दुख नहीं सी डैडी पर उहनू तां सी ना की मतलब है तेरा डैडी मेरा यकीन मनो इहदे च मेरी कोई गलती नहीं आ डैडी मैं उसे पिंड दे इक मुंडे नूं प्यार करदी सी ते उह भी मैनू बहुत पसंद करदा सी मैनू तां बाद विच पता लग्गिया कि उह तां व्याहिया होया ओ मैनू एडा वड्डा धोखा दे रहा सीगा तुसी दसो डैडी हुण मैं की करदी डैडी मैनू माफ कर दो मेरे तो बहुत वड्डी गलती होगी जेड़ा मैं उस ते यकीन कीता सीरता पत्थर हो ना तेरी कोई गलती नहीं सारी गलती तां ओ कंजर दी आ डैडी चुप कर पुत्त ना रो पुत्त रोए तो की बनदा नाले मैं तेरी अखा च अथरू नहीं दे सकता पत्ता अज तक तेनू मैं कदे रोन नहीं दिता ते ना ही अगे रोन देऊंगा जिन्हें तेरे नाल माड़ा किया ना मैं उन्हें छड्डना नहीं तू चुप कर ते चल मेरे नाल पर डैडी किथे जीती जीती की कर दी है झाड़ू ला रही होर की करना मैंने तू झाड़ू छड तू तैयार हो क्यों मैं क्यों तैयार होवा ओए आपा शहर जानांगा आज फिल्म देख के आवांगे आपा फिल्म हां सच्ची हां सिनेमा ही चलांगे सच्ची कह रहे हो तुसी ले होर मैं ना कदे सिनेमा गई नहीं हैगी सच्ची में सिनेमा देखन जाऊंगी आज देखने वाली की गल है चा कोई ना आपा चलांगे फिल्म देख के आवांगे नई फिल्म आई है एमी वर्क दी वो देख के आवांगे ठीक है ठीक है तू झाड़ू छड ते चल तैयार हो हाँ
ਸਤਿ ਸ਼੍ਰੀ ਅਕਾਲ ਜੀ ਦੋਸਤੋ, ਕੀ ਹਾਲ ਚਾਲ ਹੈ ਤੁਹਾਡਾ? ਅਤੇ ਆਪਣਾ ਤੁਹਾਨੂੰ ਸਕੂਲ ਟੀਚਰ ਦਾ ਪਾਠ ਸੱਤਵਾਂ ਕਿਵੇਂ ਲੱਗਿਆ? ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਊਗਾ। ਲਾਈਕ ਅਤੇ ਕਮੈਂਟ ਜ਼ਰੂਰ ਕਰ ਦਿਓ, ਅਤੇ ਹਾਂ ਚੈਨਲ ਕਰ ਦਿਓ ਸਬਸਕ੍ਰਾਈਬ, ਨੀਚੇ ਰੈੱਡ ਕਲਰ ਦਾ ਬਟਨ ਆ ਰਿਹਾ ਹੋਣਾ। ਅਤੇ ਜੇ ਕਿਸੇ ਫੀਮੇਲ ਮਾਡਲ ਨੇ ਕੰਮ ਕਰਨਾ ਹੋਵੇ ਤਾਂ ਥੱਲੇ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰ ਸਕਦਾ ਹੈਗਾ, ਵਟਸਐਪ 'ਤੇ ਮੈਸੇਜ ਕਰ ਸਕਦੇ ਤੁਸੀਂ, ਠੀਕ ਹੈ ਜੀ? ਅਤੇ ਹਾਂ, ਆਪਣਾ ਇੰਸਟਾਗ੍ਰਾਮ 'ਤੇ ਵੀ ਪੇਜ ਹੈਗਾ ਓਫੀਸ਼ੀਅਲ ਜਸ ਫਿਲਮਸ, ਥੱਲੇ ਲਿੰਕ ਦਿੱਤਾ ਹੋਇਆ, ਉਹ 'ਤੇ ਵੀ ਤੁਸੀਂ ਕਲਿੱਕ ਕਰ ਸਕਦੇ ਹੋ। ਅਤੇ ਹਾਂ, ਇਹਦੇ ਅੱਗੇ ਆਪਾਂ ਜਿਹੜੇ ਹੋਰ ਵਧੀਆ ਵਧੀਆ ਭਾਗ ਨੇ ਉਹ ਵੀ ਬਣਾ ਰੱਖੇ ਨੇ, ਜਲਦੀ ਤੋਂ ਜਲਦੀ ਅਪਲੋਡ ਕਰਾਂਗੇ। ਅਤੇ ਇੱਕ ਗੱਲ ਹੋਰ, ਆਪਣਾ ਛੋਟਾ ਜਿਹਾ ਟਾਰਗੇਟ ਹੈਗਾ 5000 ਸਬਸਕ੍ਰਾਈਬਰ ਦਾ, ਉਹ ਤੁਸੀਂ ਪਲੀਜ਼ ਜਲਦੀ ਤੋਂ ਜਲਦੀ ਜਿੰਨਾ ਛੇਤੀ ਹੋ ਸਕੇ ਉਨਾ ਛੇਤੀ ਪੂਰੇ ਕਰ ਦਿਓ, ਤਾਂ ਕਿ ਤਾਂ ਸਾਨੂੰ ਪਤਾ ਲੱਗ ਸਕੇ ਕਿ ਤੁਸੀਂ ਸਾਨੂੰ ਕਿੰਨਾ ਕੁ ਪਿਆਰ ਕਰਦੇ ਹੋ। ਓਕੇ ਜੀ, ਧੰਨਵਾਦ। ਕਿਉਂ ਹਾਲੇ ਤੱਕ ਤੂੰ ਦੱਸਦਾ ਨਹੀਂ ਜਾਂਦੀ ਯਾਰ? ਲੈ ਦੱਸ, ਹੈ ਕੰਮ ਵਾਲੀ ਅੱਗੇ ਭੁੱਲ ਗਿਆ। ਆ ਰਿੰਗਟੋਨ ਤਾਂ ਮੈਨੂੰ ਜਸ ਦੇ ਫੋਨ ਦੀ ਲੱਗਦੀ ਆ। ਓ ਮਾਈ ਗੋਡ, ਮੈਂ ਰਾਣੋ ਦੀ ਰੋਕੀ, ਪਲੀਜ਼ ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਵਿਆਹ ਕਿਹੜਾ ਵਿਆਹ? ਮੈਂ ਕੋਈ ਵਿਆਹ ਨਹੀਂ ਕਰਾਉਂਦਾ, ਜਵਾਬ ਹੈ। ਡੈਡੀ ਮੇਰਾ ਯਕੀਨ ਮੰਨੋ, ਇਹਦੇ 'ਚ ਮੇਰੀ ਕੋਈ ਗਲਤੀ ਨਹੀਂ ਹੈ। ਡੈਡੀ ਮੈਂ ਉਸ ਨਾਲ ਦੇ ਪਿੰਡ 'ਚ। आप देख रहे हैं जीविका फ्यूचर पॉइंट चैनल। कठिन से कठिन समस्या का तुरंत समाधान, नौकरी, व्यापार, करियर की चिंता, शादी की समस्या, लव ब्रेकअप प्रॉब्लम, वैवाहिक जीवन में सुख का अभाव, मैरिज प्रॉब्लम, लव मैरिज की प्रॉब्लम, प्यार में धोखा खाए हुए प्रेमी प्रेमिका का प्रॉब्लम, पाइए अपने समस्त ज्योतिष समस्या का तुरंत समाधान। विश्व भर में जाना माना और विश्वसनीय पहचान डॉक्टर जीविका शर्मा, एस्ट्रोलॉजर इन इंडिया। अपने हर प्रकार की जीवन की समस्या के लिए फोन करें, व्हाट्सएप करें। केवल औरत और लड़कियां ही फोन कर सकती हैं। एक औरत ही दूसरी औरत का दुख समझ सकती है। डॉक्टर जीविका शर्मा प्रतिष्ठित अंतर्राष्ट्रीय ख्याति प्राप्त गोल्ड मेडलिस्ट, मेडिटेशन सिद्धि प्राप्त बेस्ट एस्ट्रोलॉजर है। कॉल करें, हमारा नंबर है 8196853162। मिलने के लिए अपॉइंटमेंट ले सकते हैं।